ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਐਜੂਕੇਸ਼ਨ ਪੋਲਿਸੀ ਦਾ ਬਹੁਤ ਇੰਪੋਰਟੈਂਟ ਟੋਪਿਕ ਆ ਅਪਰੋਚਿਸ ਆਫ ਐਜੂਕੇਸ਼ਨ ਪਲੈਨਿੰਗ, ਉਹ ਡਿਸਕਸ ਕਰਾਂਗੇ। ਮੇਰਾ ਮਤਲਬ ਪਰਸਨਲ ਵਿਊ ਪੁਆਇੰਟ ਇਹ ਹੈ ਕਿ ਤੁਸੀਂ ਕੁਸ਼ਚਨਸ ਨੂੰ, ਤਿੰਨ ਅਪਰੋਚਿਸ ਆਪਣੇ ਕੋਲ, ਤਿੰਨਾਂ ਨੂੰ ਐਜ਼ ਏ ਸ਼ੋਰਟ ਕੁਸ਼ਚਨ ਤੁਸੀਂ ਜਿਹੜਾ ਪ੍ਰਿਪੇਅਰ ਕਰਨਾ ਗਾ, ਕਿਉਂਕਿ ਲੌਂਗ 'ਚ ਇੰਨੀ ਜ਼ਿਆਦਾ ਥਿਓਰੈਟੀਕਲ ਅਤੇ ਇੰਨੇ ਜ਼ਿਆਦਾ ਲੈਂਥੀ ਨਹੀਂ ਹੈਗੇ ਕੁਸ਼ਚਨ ਵੀ, ਤੁਸੀਂ 10 ਮਾਰਕਸ ਲਈ ਤੁਸੀਂ ਇਹਨਾਂ ਨੂੰ ਪ੍ਰਿਪੇਅਰ ਕਰੋ। ਤਾਂ ਤੁਸੀਂ ਕਨਸੈਪਟ ਸਮਝ ਲਓ, ਛੋਟੇ ਛੋਟੇ ਕਨਸੈਪਟ ਆ, ਉੱਥੇ ਤੁਸੀਂ ਜੇ ਸ਼ੋਰਟ ਕੁਸ਼ਚਨ 'ਚ ਆਉਂਦਾ ਤਾਂ ਤੁਸੀਂ ਇਹਨੂੰ ਅਟੈਂਪਟ ਕਰ ਸਕਦੇ ਹੋ, ਅਵੋਇਡ ਫੋਰ ਲੌਂਗ ਕੁਸ਼ਚਨ, ਠੀਕ ਹੈ। ਸਭ ਤੋਂ ਪਹਿਲਾਂ ਅਪਰੋਚ ਹੁੰਦੀ ਕੀ ਹੈਗੀ, ਹੈ ਨਾ, ਜੇ ਆਪਾਂ ਗੱਲ ਕਰੀਏ ਅਪਰੋਚ ਬੇਸਿਕਲੀ ਹੈਗਾ ਵਿਊ ਪੁਆਇੰਟ, ਕਿਸੇ ਚੀਜ਼ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈਗਾ, ਤੁਸੀਂ ਉੱਥੇ ਤੱਕ ਕੀ ਅਪਰੋਚ ਰੱਖਦੇ ਹੋਗੇ। ਆਪਾਂ ਕਹਿ ਨਹੀਂ ਦਿੰਦੇ ਹੈ ਨਾ, ਕਹਿੰਦੇ ਐਜ਼ ਪਲੈਨਿੰਗ ਇਨ ਐਜੂਕੇਸ਼ਨ, ਮਤਲਬ ਕਿ ਕੋਂਪ੍ਰੀਹੈਂਸਿਵ ਪਲੈਨ ਹੈ। ਜੇ ਤੁਸੀਂ ਐਜੂਕੇਸ਼ਨ ਸਿਸਟਮ 'ਚ ਕੁਛ ਵੀ ਪਲੈਨ ਕਰ ਲਿਓ, ਉਹ ਬਹੁਤ ਵੱਡਾ ਹੈ, ਉਹਦੇ 'ਚ ਬਹੁਤ ਸਾਰੇ ਪਹਿਲੂਆਂ 'ਤੇ ਸੋਚਿਆ ਜਾਂਦਾ ਹੈਗਾ, ਹੈ ਨਾ, ਉਸ ਫੀਲਡ ਦੇ ਵਿੱਚ ਚੋਇਸਿਸ ਲਈਆਂ ਜਾਂਦੀਆਂ ਨੇਗੀਆਂ, ਡਿਸੀਜਨਸ ਲਏ ਜਾਂਦੇ ਨੇਗੇ, ਠੀਕ ਹੈ। ਬਹੁਤ ਸਾਰੇ ਲੋਕਾਂ ਦੇ ਵਿਊ ਪੁਆਇੰਟ ਲਏ ਜਾਂਦੇ ਆ, ਜਿਹਨਾਂ ਨੂੰ ਆਪਾਂ ਐਕਸਪਰਟਸ ਕਹਿ ਦਿੰਦੇ ਹਾਂ, ਅਤੇ ਉਹ ਵਿਊ ਪੁਆਇੰਟਸ ਨੂੰ ਜਦੋਂ ਫੋਕਸ ਕੀਤਾ ਜਾਂਦਾ ਫਿਰ ਉਹ ਇੱਕ ਅਪਰੋਚ ਬਣ ਜਾਂਦੀ ਹੈਗੀ, ਠੀਕ ਹੈ। ਹੁਣ ਫਸਟ ਅਪਰੋਚ ਆ ਗਈ ਦਾ ਮੈਨ ਪਾਵਰ ਰਿਕੁਆਇਰਮੈਂਟ ਅਪਰੋਚ, ਇਹਨੂੰ ਹਿਊਮਨ ਰਿਸੋਰਸ ਡਿਵਲਪਮੈਂਟ ਅਪਰੋਚ ਵੀ ਕਿਹਾ ਜਾਂਦਾ, ਜਿਹੜੀ ਫਸਟ ਅਪਰੋਚ ਹੈਗੀ, ਠੀਕ ਹੈ। ਕੋਈ ਵੀ ਸੋਸ਼ਲ ਸਿਸਟਮ ਹੈਗਾ, ਚਾਹੇ ਐਜੂਕੇਸ਼ਨ ਸਿਸਟਮ ਹੈ, ਕੋਈ ਕਾਲਜ ਹੈ, ਕੋਈ ਸਕੂਲ ਹੈਗਾ, ਉੱਥੇ ਉਹਦੀ ਐਫੀਸ਼ੀਐਂਟ ਫੰਕਸ਼ਨਿੰਗ ਦੇ ਲਈ, ਕਿ ਉਹ ਚੀਜ਼ ਵਧੀਆ ਕੰਮ ਕਰੇ, ਆਪਾਂ ਨੂੰ ਕੀ ਚਾਹੀਦੇ ਆ, ਟ੍ਰੇਨਡ ਪੀਪਲ ਚਾਹੀਦੇ ਨੇ ਉੱਥੋਂ, ਐਜੂਕੇਟਡ ਪੀਪਲ ਚਾਹੀਦੇ ਨੇ, ਜਿਹਨਾਂ ਕੋਲ ਸਰਟਨ ਵੈਲ ਡਿਫਾਈਨਡ ਕੀ ਹੋਵੇ, ਨੌਲੇਜ ਹੋਵੇ, ਸਕਿੱਲਸ ਹੋਣ, ਐਟੀਟਿਊਡ ਹੋਵੇ, ਹੈ ਨਾ, ਉੱਦਾਂ ਦਾ ਕਿ ਉਹ ਉੱਥੇ ਵਧੀਆ ਤਰੀਕੇ ਨਾਲ ਕੰਮ ਕਰ ਸਕਣ, ਦੈਟ ਇਜ਼ ਮੈਨ ਪਾਵਰ। ਸੋ ਐਜੂਕੇਸ਼ਨ ਟ੍ਰੇਨਿੰਗ ਐਂਡ ਡਿਵਲਪਮੈਂਟ ਆਫ ਸੱਚ ਪੀਪਲ ਇਜ਼ ਕੰਸੀਡਰਡ ਐਜ ਹਿਊਮਨ ਰਿਸੋਰਸ ਡਿਪਾਰਟਮੈਂਟ, ਮਤਲਬ ਉਵੇਂ ਦੇ ਲੋਕਾਂ ਨੂੰ ਟ੍ਰੇਨਿੰਗ ਦੇਣੀ, ਉਵੇਂ ਦੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਜਿਹੜੇ ਆਪਾਂ ਨੂੰ ਚਾਹੀਦੇ ਨੇ, ਮੈਨ ਪਾਵਰ ਆਪਾਂ ਨੂੰ ਚਾਹੀਦੀ ਹੈ, ਦੈਟ ਇਜ਼ ਮੈਨ ਪਾਵਰ ਡਿਵਲਪਮੈਂਟ, ਠੀਕ ਹੈ। ਉਸ ਤੋਂ ਬਾਅਦ ਜਦੋਂ ਕਹਿੰਦੇ ਇਹਨੂੰ ਐਜੂਕੇਸ਼ਨ ਦੀ ਪਲੈਨਿੰਗ ਨੂੰ ਲੈ ਕੇ ਫੋਕਸ ਕੀਤਾ ਜਾਂਦਾ, ਤਾਂ ਇਹ ਅਪਰੋਚ ਨੂੰ ਆਪਾਂ ਕਿੱਥੇ ਯੂਜ਼ ਕਰ ਲੈਂਦੇ ਹਾਂ, ਫਿਰ ਐਜੂਕੇਸ਼ਨ ਦੇ ਵਿੱਚ ਯੂਜ਼ ਕਰ ਲੈਂਦੇ ਹਾਂਗੇ, ਠੀਕ ਹੈ। ਐਜੂਕੇਸ਼ਨ ਸਿਸਟਮ ਸ਼ੁੱਡ ਬੀ ਡਿਜ਼ਾਈਨਡ ਔਰ ਚੇਂਜਡ ਇਨ ਐਜੂਕੇਸ਼ਨ ਸਿਸਟਮ ਸ਼ੁੱਡ ਬੀ ਪਲੈਨ ਦੈਟ ਇਟ ਸ਼ੁੱਡ ਬੀ ਫੁਲਫਿਲ ਦਾ ਕੰਟਰੀਜ਼ ਮੈਨ ਪਾਵਰ ਰਿਕੁਆਇਰਮੈਂਟ। ਬੇਸਿਕਲੀ ਦੇਖੋ, ਆਪਾਂ ਕੋਈ ਵੀ ਸਿਸਟਮ ਬਣਾਉਂਦੇ ਹਾਂ ਐਜੂਕੇਸ਼ਨ ਦਾ, ਬਣਾ ਤਾਂ ਆਪਾਂ ਲੋਕਾਂ ਲਈ ਲਿਆ ਨਾ, ਤਾਂ ਉਹ ਉਸ ਅਕੋਰਡਿੰਗ ਡਿਜ਼ਾਈਨ ਹੋਣਾ ਚਾਹੀਦਾ ਕਿ ਆਪਣੇ ਆਮ ਲੋਕਾਂ ਦੀ ਜਿਹੜੀਆਂ ਨੀਡਸ ਨੇਗੀਆਂ, ਜਿਹੜੀ ਉਹਨਾਂ ਦੀ ਰਿਕੁਆਇਰਮੈਂਟਸ ਨੇ ਸਾਰੀਆਂ, ਉਹ ਕੀ ਹੋਣ, ਫੁਲਫਿਲ ਹੋਣ, ਠੀਕ ਹੈ। ਇਹਦੇ ਮੇਨ ਤਿੰਨ ਐਲੀਮੈਂਟ ਹੁੰਦੇ ਨੇਗੇ, ਸਪੈਸੀਫਿਕੇਸ਼ਨ ਆਫ ਦਾ ਕੰਪੋਜੀਸ਼ਨ ਆਫ ਮੈਨ ਪਾਵਰ, ਨੀਡ ਆਫ ਸਮ ਫਿਊਚਰ ਡੇਟ, ਇਗਜ਼ਾਮਪਲ 2015 to 2020, ਸਪੈਸੀਫਿਕੇਸ਼ਨ ਆਫ ਮੈਨ ਪਾਵਰ ਅਵੇਲੇਬਲ ਦੈਟ ਇਜ਼ ਇਨ 2002, ਕਿਉਂਕਿ ਬਹੁਤ ਪਹਿਲਾਂ ਆਈ ਸੀਗੀ ਉਹਨਾਂ ਨੇ ਡੇਟਸ, ਮਤਲਬ ਹੁਣ ਤਾਂ ਈਅਰ ਪਾਸ ਹੋ ਗਏ, ਹੈ ਨਾ, ਉਦੋਂ ਦੇ ਸੰਨ ਦਿੱਤੇ ਸੀਗੇ ਉਹਨਾਂ ਨੇ। ਸਪੈਸੀਫਿਕੇਸ਼ਨ ਵਿੱਚ ਰਿਕਨਸਾਈਲਸ ਦਾ ਫਾਰਮਰ ਕੁਆਲੀਫਿਕੇਸ਼ਨ ਵਿਦ ਲੇਟਰ, ਪੰਜਾਬੀ 'ਚ ਕਹਿੰਦੇ ਭਵਿੱਖ ਵਿੱਚ ਮਨੁੱਖੀ ਸ਼ਕਤੀ ਦੀਆਂ ਰਚਨਾਵਾਂ ਦਾ ਵਿਕਾਸ, ਉਪਲਬਧ ਮੁੱਲ ਦੀ ਸ਼ਕਤੀ ਦੀਆਂ ਵਿਸ਼ੇਸ਼ਤਾਵਾਂ, ਦੋਨਾਂ ਦੀਆਂ ਵਿਸ਼ੇਸ਼ਤਾਵਾਂ, ਮਤਲਬ ਅਲੱਗ ਅਲੱਗ ਵੀ ਫਿਊਚਰ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਮੈਨ ਪਾਵਰ ਚਾਹੀਦੀ ਹੈ, ਕਿਹੜੇ ਕਿਹੜੇ ਕਰੈਕਟਰਿਸਟਿਕਸ ਹੋਣੀਆਂ ਚਾਹੀਦੀਆਂ ਨੇਗੀਆਂ, ਹੁਣ ਤੁਹਾਡੇ ਕੋਲ ਕੀ ਅਵੇਲੇਬਲ ਹੈਗਾ, ਅਤੇ ਉਹਨਾਂ ਦੋਨਾਂ ਦੀਆਂ ਕੀ ਕਰੈਕਟਰਿਸਟਿਕਸ ਨੇ, ਤਿੰਨੇ ਚੀਜ਼ਾਂ 'ਤੇ ਮੇਨ ਐਮ ਏ ਦਿੱਤੀ ਸੀ। ਜੇਕਰ ਆਪਾਂ ਅਜੰਪਸ਼ਨਸ ਦੀ ਗੱਲ ਕਰੀਏ, ਕੀ ਸੋਚ ਕੇ ਚੱਲਦੇ ਨੇਗੇ ਜਿਹੜੇ ਮੈਨ ਪਾਵਰ ਅਪਰੋਚ ਹੈਗੀ, ਡਾਇਰੈਕਟ ਰਿਲੇਸ਼ਨ ਬਿਟਵੀਨ ਸਕਿੱਲਡ ਮੈਨ ਪਾਵਰ ਐਂਡ ਪ੍ਰੋਡਕਟੀਵਿਟੀ, ਜਿੰਨੇ ਵਧੀਆ ਕੰਮ ਕਰ ਰਹੇ ਹੋਣਗੇ, ਜਿੰਨੇ ਵਧੀਆ ਐਕਸਪਰਟਸ ਕੰਮ ਕਰ ਰਹੇ ਹੋਣਗੇ, ਉਨੀ ਪ੍ਰੋਡਕਟੀਵਿਟੀ, ਉਨੀ ਉਪਯੋਗਤਾ ਜਿਹੜੀ ਉਹ ਜ਼ਿਆਦਾ ਆਊਗੀ, ਉਨੀ ਆਊਟਪੁੱਟ ਜ਼ਿਆਦਾ ਆਊਗੀ, ਇਹ ਵੈਸੇ ਵੀ ਨੈਚੁਰਲ ਜੀ ਗੱਲ। ਦੂਜੀ ਅਜੰਪਸ਼ਨ ਕੀ ਹੈ, ਐਜੂਕੇਸ਼ਨ ਕੈਨ ਬੀ ਯੂਜ਼ ਟੂ ਟ੍ਰਾਂਸਫੋਰਮ ਸਕਿੱਲਸ ਐਂਡ ਕੰਪੀਟੈਂਸੀਜ਼ ਆਫ ਦਾ ਸਿਟੀਜ਼ਨਸ, ਤਾਂ ਐਜੂਕੇਸ਼ਨ ਇੱਕ ਐਵੇਂ ਦਾ ਹਥਿਆਰ ਹੈ, ਐਜੂਕੇਸ਼ਨ ਸਿੱਖਿਆ ਇੱਕ ਐਵੇਂ ਦਾ ਹਥਿਆਰ ਹੈ ਜਿਹੜੀ ਆਪਣੇ ਸਕਿੱਲਸ ਨੂੰ, ਆਪਣੀਆਂ ਕੰਪੀਟੈਂਸੀਜ਼ ਨੂੰ ਟ੍ਰਾਂਸਫਰ ਕਰ ਸਕਦੀ ਹੈ ਸਿਟੀਜ਼ਨਸ ਦੇ ਵਿੱਚ, ਆਪਾਂ ਇੱਕ ਦੂਜੇ ਨੂੰ ਸਿਖਾ ਸਕਦੇ ਹਾਂ ਕੁਛ, ਠੀਕ ਹੈ। ਇਕਨੋਮਿਕ ਸਿਸਟਮ ਡਿਪੈਂਡ ਅਪੋਨ ਐਜੂਕੇਸ਼ਨ ਸਿਸਟਮ, ਸੋ ਓਬਵੀਅਸ ਜੀ ਗੱਲ ਹੈ, ਜਿੰਨੇ ਲੋਕ ਪੜ੍ਹੇ ਲਿਖੇ ਹੋਣਗੇ ਉਨੀ ਉਹ
ਡਿਵਲਪਡ ਹੋਣਗੇ, ਉਨੇ ਬਰੋਡ ਮਾਈਂਡਡ ਹੋਣਗੇ, ਬਿਜ਼ਨਸ ਕਰਨਗੇ, ਜੋਬਸ ਕਰਨਗੇ, ਹੈ ਨਾ, ਆਪਣੀ ਕੀ ਆ ਇਕਨੋਮਿਕ ਜਿਹੜੀ ਸਿਚੁਏਸ਼ਨ ਉਹ ਕੀ ਹੋਊਗੀ, ਸਟਰੋਂਗ ਹੋਊਗੀ। ਇਨਕਰੀਜ਼ਡ ਮੈਨ ਪਾਵਰ ਇਨਕਰੀਜ਼ਡ ਫਿਊਚਰ ਆਊਟਪੁੱਟ, ਜਿੰਨੀ ਜ਼ਿਆਦਾ ਮੈਨ ਪਾਵਰ ਹੋਊਗੀ ਉਨੀ ਆਪਣਾ ਫਿਊਚਰ ਕੀ ਹੋਊਗਾ, ਸਿਕਿਓਰ ਹੋਊਗਾ। ਉਸ ਤੋਂ ਬਾਅਦ ਇਹਦੇ ਮੈਰਿਟ ਡੀਮੈਰਿਟ ਕੀ ਆ ਗਏ, ਮੈਰਿਟ ਆ ਗਈ ਇਕਨੋਮਿਕ ਓਰੀਐਂਟਡ ਹੈ, ਪੈਸੇ ਦੀ ਗੱਲ ਜ਼ਿਆਦਾ ਕਰ ਰਹੇ ਨੇਗੇ, ਮਿਨੀਮਾਈਜ਼ ਵੇਸਟੇਜ ਆਫ ਰਿਸੋਰਸਿਸ, ਹੈ ਨਾ। ਸੋਰੀ, ਆਪਾਂ ਮੈਰਿਟਸ ਦੀ ਗੱਲ ਕਰ ਰਹੇ ਹਾਂ ਤਾਂ ਉਹਨੂੰ ਆਪਾਂ ਦੋਨਾਂ 'ਚ ਲਿਖ ਸਕਦਾ, ਇਕਨੋਮਿਕ ਓਰੀਐਂਟਡ ਮੀਨਸ ਇਕਨੋਮਿਕ ਓਰੀਐਂਟਡ ਇੱਕ ਸਾਈਡ 'ਤੇ ਦੇਖਿਆ ਆਪਣਾ ਇਕਨੋਮਿਕਲੀ ਜਿਹੜਾ ਗ੍ਰਾਫ ਆ ਉਹ ਜ਼ਿਆਦਾ ਉੱਚੇ ਜਾ ਰਿਹਾ ਜਦੋਂ ਮੈਨ ਪਾਵਰ ਹੋਊਗੀ। ਬਟ ਆਪਾਂ ਇਹਨੂੰ ਡੀਮੈਰਿਟ 'ਚ ਵੀ ਲਿਖ ਸਕਦੇ ਹਾਂ ਵੀ ਇਕਨੋਮਿਕ ਓਰੀਐਂਟਡ ਹੀ ਹੈ, ਇਕੱਲਾ ਡਿਵਲਪਮੈਂਟ ਓਰੀਐਂਟਡ ਨਹੀਂ ਹੈਗਾ, ਠੀਕ ਹੈ। ਦੂਜਾ ਆ ਗਿਆ ਮਿਨੀਮਾਈਜ਼ ਵੇਸਟੇਜ ਆਫ ਰਿਸੋਰਸਿਸ, ਜਦੋਂ ਆਪਾਂ ਟ੍ਰੇਨਡ ਬੰਦੇ ਯੂਜ਼ ਕਰਾਂਗੇ, ਵਧੀਆ ਮੈਨ ਪਾਵਰ ਯੂਜ਼ ਕਰਾਂਗੇ ਤਾਂ ਰਿਸੋਰਸਿਸ ਦੀ ਵੇਸਟੇਜ ਘੱਟ ਹੋਊਗੀ। ਹਾਈ ਕੁਆਲਿਟੀ ਐਜੂਕੇਸ਼ਨ ਐਂਡ ਟ੍ਰੇਨਿੰਗ ਹੋਊਗੀ, ਯੂਜ਼ਫੁੱਲ ਗਾਈਡੈਂਸ ਹੋਊਗੀ ਐਜੂਕੇਟਰਸ ਨੂੰ, ਕਿਵੇਂ ਉਹ ਸਕਿੱਲ ਲੈ ਸਕਦੇ ਨੇਗੇ। ਡੀਮੈਰਿਟਸ ਆ ਗਿਆ ਇਗਨੋਰ ਪ੍ਰਿੰਸੀਪਲ ਆਫ ਕੋਸਟ ਬੈਨੀਫਿਟ ਅਪਰੋਚ, ਇੱਕ ਕੋਸਟ ਬੈਨੀਫਿਟ ਅਪਰੋਚ ਹੁੰਦੀ ਹੈ ਵੀ ਕਿੰਨਾ ਪੈਸਾ ਲਾਈਏ ਅਤੇ ਆਪਾਂ ਨੂੰ ਤਾਂ ਕਿੰਨਾ ਫਾਇਦਾ ਨਿਕਲਦਾ, ਠੀਕ ਆ। ਉਹ ਪ੍ਰਿੰਸੀਪਲ ਨੂੰ ਇਹ ਇਗਨੋਰ ਕਰ ਰਿਹਾ ਗੇ ਅਤੇ ਉਹਦਾ ਟਾਈਮ ਵੀ ਲੱਗਦਾ ਇਸ ਚੀਜ਼ ਨੂੰ। ਐਪਲੀਕੇਬਲ ਟੂ ਹਾਇਰ ਸਿਸਟਮ ਆਫ ਐਜੂਕੇਸ਼ਨ, ਛੋਟੇ ਸਿਸਟਮ 'ਤੇ ਨਹੀਂ ਇਹ ਆਪਾਂ ਲਾਗੂ ਕਰ ਸਕਦੇ, ਸਕੂਲ ਲੈਵਲ 'ਤੇ ਕੋਲਜ ਲੈਵਲ 'ਤੇ ਅਪਰੋਚ ਹੈ ਜਿਹੜੀ ਉਹ ਕੀ ਹੋ ਸਕਦੀ ਆ, ਮਤਲਬ ਲਾਗੂ ਹੋ ਸਕਦੀ ਆ। ਸੈਕਿੰਡ ਆ ਗਈ ਤੁਹਾਡੀ ਸੋਸ਼ਲ ਡਿਮਾਂਡ ਅਪਰੋਚ, ਨਾਮ ਤੋਂ ਹੀ ਕਲੀਅਰ ਹੈ ਸੋਸ਼ਲ ਡਿਮਾਂਡ, ਸੋਸਾਇਟੀ ਦੀ ਕੀ ਡਿਮਾਂਡ ਹੈ ਉਹ ਚੀਜ਼ ਨੂੰ। ਉੱਪਰ ਮੈਨ ਪਾਵਰ ਸੀ, ਇੱਥੇ ਸੋਸ਼ਲ ਡਿਮਾਂਡ ਆ ਗਈ, ਮਤਲਬ ਐਜੂਕੇਸ਼ਨ ਕੀ ਹੈ, ਕਿਹਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਸੋਸਾਇਟੀ ਦੇ ਅਕੋਰਡਿੰਗ, ਸਮਾਜ ਕੀ ਤੁਹਾਡੇ ਤੋਂ ਡਿਮਾਂਡ ਕਰ ਰਿਹਾ, ਕਿੱਦਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈਗੀ। ਫੁਲਫਿਲ ਦਾ ਨੀਡਸ ਆਫ ਆਲ ਲੈਵਲ ਆਫ ਐਜੂਕੇਸ਼ਨ, ਹਰ ਇੱਕ ਲੈਵਲ 'ਤੇ, ਚਾਹੇ ਪ੍ਰਾਇਮਰੀ ਹੈ, ਚਾਹੇ ਐਲੀਮੈਂਟਰੀ ਹੈ, ਚਾਹੇ ਸੈਕੰਡਰੀ ਹੈ, ਸੀਨੀਅਰ ਸੈਕੰਡਰੀ ਹੈ, ਹਾਇਰ ਸੈਕੰਡਰੀ ਹੈ, ਹਰ ਲੈਵਲ 'ਤੇ ਐਜੂਕੇਸ਼ਨ ਦੀਆਂ ਨੀਡਸ ਨੇ ਜਿਹੜੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਫੋਕਸ ਔਨ ਕੁਆਂਟੀਟੇਟਿਵ ਪਲੈਨਿੰਗ, ਕੁਆਂਟੀਟੇਟਿਵ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਐਜੂਕੇਸ਼ਨ ਇਜ਼ ਬਰਥ ਰਾਈਟ ਆਫ ਐਵਰੀ ਇੰਡੀਵਿਜੁਅਲ, ਠੀਕ ਹੈ। ਇਹਦੀ ਅਜਮਸ਼ਨ ਸੀ ਆਪਾਂ ਕਹਿ ਸਕਦੇ ਹਾਂ ਸੋਸ਼ਲ ਡਿਮਾਂਡ ਅਪਰੋਚ ਦੀ ਆ, ਜਿਹਦੇ 'ਚ ਹੋਰ ਕੀ ਆ ਗਏ ਆ, ਡਿਮਾਂਡ ਫਾਰ ਐਜੂਕੇਸ਼ਨ ਸ਼ੁੱਡ ਬੀ ਹਾਇਰ ਦੈਨ ਇਟ ਸਪਲਾਈ, ਮਤਲਬ ਕੋਈ ਜ਼ਰੂਰੀ ਨਹੀਂ ਕਿ ਆਪਾਂ ਉੱਥੇ ਹੀ ਐਜੂਕੇਸ਼ਨ ਦੇਣੀ ਹੈ ਜਿੱਥੋਂ ਆਪਾਂ ਨੂੰ ਕੋਈ ਪ੍ਰੋਫਿਟ ਹੋ ਰਿਹਾ। ਐਜੂਕੇਸ਼ਨ ਦੀ ਡਿਮਾਂਡ ਜ਼ਿਆਦਾ ਹੋਣੀ ਚਾਹੀਦੀ ਹੈ, ਸਪਲਾਈ ਬੇਸ਼ੱਕ ਘੱਟ ਹੋ ਰਹੀ ਹੋਵੇ, ਠੀਕ ਹੈ। ਆਲ ਚਿਲਡਰਨ ਸ਼ੁੱਡ ਬੀ ਗਿਵ ਗੈਟ ਐਜੂਕੇਸ਼ਨ ਆਫ ਦੇਅਰ ਮੈਂਟੇਜ, ਮਤਲਬ ਜਿੰਨੀ ਕੁ ਜਿਹੜੀ 6 ਤੋਂ 14 ਸਾਲ ਵਾਲੀ ਆਪਾਂ ਕਹਿ ਸਕਦੇ ਗੱਲ ਇੱਥੇ, ਕਿ ਉਹ ਸਾਰੇ ਬੱਚਿਆਂ ਨੂੰ ਕੀ ਮਿਲਣੀ ਚਾਹੀਦੀ ਆ, ਐਜੂਕੇਸ਼ਨ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਜੇਕਰ ਮੈਰਿਟ ਡੀਮੈਰਿਟ ਦੀ ਗੱਲ ਕਰੀਏ, ਮੈਰਿਟਸ ਕੀ ਆ ਗਏ, 10 ਕਰੇਜਿਸ ਮਾਸ ਐਜੂਕੇਸ਼ਨ ਐਂਡ ਮਾਸ ਲਿਟਰੇਸੀ, ਸੋਸਾਇਟੀ ਨੂੰ ਪੜ੍ਹਾਉਣਾ ਮਤਲਬ ਮਾਸ ਐਜੂਕੇਸ਼ਨ, ਮਾਸ ਹੋ ਗਿਆ ਵੱਡੇ ਪੱਧਰ 'ਤੇ, ਹੈ ਨਾ। ਇਟ ਸੇਫਲੀ ਦਾ ਡਿਮਾਂਡਸ ਆਫ ਪਬਲਿਕ, ਮਤਲਬ ਜਿਹੜੀ ਡਿਮਾਂਡ ਪਬਲਿਕ ਦੀ ਡਿਮਾਂਡ ਹੈ ਉਹਨਾਂ ਨੂੰ ਕੀ ਕਰਦੇ, ਸੇਫ ਕਰਦੀ ਹੈ, ਉਹਨਾਂ ਨੂੰ ਪੂਰੀਆਂ ਕਰਦੀ ਆ, ਫੁਲਫਿਲ ਕਰਦੀ ਹੈਗੀ। ਵੈਨ ਰਿਸੋਰਸਿਸ ਆਰ ਲਿਮਿਟਡ ਬਟ ਪਲੈਨਿੰਗ ਟੈਕਨੀਕਸ, ਮਤਲਬ ਇਹ ਕੀ ਕਹਿ ਰਿਹਾ, ਆਪਣੇ ਕੋਲ ਰਿਸੋਰਸਿਸ ਘੱਟ ਹੈ, ਪਰ ਜਦੋਂ ਆਪਾਂ ਇੱਦਾਂ ਦੀ ਟੈਕਨੀਕ ਲਾ ਕੇ ਚੱਲਾਂਗੇ ਕਿ ਆਪਾਂ ਸੋਸਾਇਟੀ ਨੂੰ ਖੁਸ਼ ਕਰ ਦਈਏ ਤਾਂ ਆਊਟਪੁੱਟ ਕੀ ਆਊਗੀ, ਜ਼ਿਆਦਾ ਆਊਗੀ। ਜੇਕਰ ਆਪਾਂ ਡੀਮੈਰਿਟਸ ਦੀ ਗੱਲ ਕਰੀਏ, ਦਿਸ ਅਪਰੋਚ ਹੈਜ਼ ਟੂ ਬੀ ਕੰਟਰੋਲ ਓਵਰ ਫੈਕਟਰ ਲਾਈਕ ਪ੍ਰਾਈਸ ਆਫ ਐਜੂਕੇਸ਼ਨ, ਤਾਂ ਇਹਦਾ ਇਸ ਚੀਜ਼ 'ਤੇ ਕੰਟਰੋਲ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸੋਸਾਇਟੀ ਐਜੂਕੇਸ਼ਨ ਨੂੰ ਐਕਸਪੈਂਸਿਵ ਕਦੇ ਵੀ ਨਹੀਂ ਚਾਹੂਗੀ, ਹੈ ਨਾ। ਮਾਸ ਐਜੂਕੇਸ਼ਨ ਟੈਂਡ ਟੂ ਗਿਵ ਲੋ ਕੁਆਲਿਟੀ ਐਜੂਕੇਸ਼ਨ, ਇਹ ਵੀ ਗੱਲ ਹੈ ਕਿ ਜਦੋਂ ਕੁਆਂਟਿਟੀ ਇਨਕਰੀਜ਼ ਹੋ ਜਾਂਦੀ ਹੈ ਤਾਂ ਕੁਆਲਿਟੀ ਕੀ ਹੋ ਜਾਂਦੀ ਆ, ਡਿਕਰੀਜ਼ ਹੋ ਜਾਂਦੀ ਆ। ਓਵਰ ਐਸਟੀਮੇਟ ਆਫ ਪਾਪੂਲਰ ਡਿਮਾਂਡ ਐਂਡ ਕੋਸਟ, ਉਹੀ ਗੱਲ ਕਿ ਆਪਾਂ ਐਸਟੀਮੇਟ ਲਾ ਲਾਂਗੇ ਕਿ ਇੰਨੀ ਡਿਮਾਂਡ ਹੈ, ਇੰਨੀ ਕੋਸਟ ਆ, ਉਹ ਸਿਰਫ ਐਸਟੀਮੇਟ ਹੋਊਗਾ, ਆਈਡੀਆ ਹੋਊਗਾ, ਠੀਕ ਹੈ। ਕੀ ਹੋ ਗਏ ਇਹਦੇ ਡੀਮੈਰਿਟਸ। ਥਰਡ ਆ ਗਈ ਕੋਸਟ ਬੈਨੀਫਿਟ ਅਪਰੋਚ, ਜਿਹਦੀ ਆਪਾਂ ਉੱਤੇ ਸੋਸ਼ਲ ਡਿਮਾਂਡ ਅਪਰੋਚ ਵੀ ਗੱਲ ਕਰਕੇ ਆਏਗੇ, ਰੇਟ ਆਫ ਰਿਟਰਨ ਅਪਰੋਚ ਵੀ ਕਹਿ ਜਾਂਦਾ ਇਹਨੂੰ, ਇਕਨੋਮਿਕ ਅਪਰੋਚ ਵੀ ਕਿਹਾ ਜਾਂਦਾ ਹੈਗਾ, ਮੋਰ ਬੈਨੀਫਿਟ ਮੋਰ ਇਨਵੈਸਟਮੈਂਟ, ਇਹ ਵੀ ਇਹਦਾ ਨਾਮ ਹੈ। ਜਿੰਨਾ ਜ਼ਿਆਦਾ ਤੁਸੀਂ ਬੈਨੀਫਿਟਸ ਇਨਵੈਸਟਮੈਂਟ ਕਰ ਰਹੇ ਹੋ ਉਨੀ ਜ਼ਿਆਦਾ ਬੈਨੀਫਿਟ ਹੋਣਾ, ਇੱਦਾਂ ਦੀ ਅਪਰੋਚ ਹੋਣੀ, ਠੀਕ ਹੈ। ਇਹ ਕਹਿੰਦੀ ਇਗਨੋਰ ਕਰਦੀ ਹੈਗੀ
ਪ੍ਰੈਜੈਂਟ ਸਟੇਟ ਫੰਕਸ਼ਨ ਸੋਸ਼ਲ ਡਿਵੈਲਪਮੈਂਟ ਪਰਸਨਲ ਸੈਟਿਸਫੈਕਸ਼ਨ ਹਰ ਇੱਕ ਚੀਜ਼ ਨੂੰ ਇਗਨੋਰ ਕਰਦੇ ਨਾ ਤਾਂ ਇਹ ਦੇਖ ਰਹੀ ਹੈ ਕਿ ਇੰਡੀਵਿਜੁਅਲ ਨੂੰ ਕੀ ਚਾਹੀਦਾ ਨਾ ਹੀ ਇਹ ਦੇਖ ਰਹੀ ਹੈ ਸਮਾਜ ਨੂੰ ਕੀ ਚਾਹ ਰਹੀ ਹੈ ਇਹ ਅਪਰੋਚ ਦੇਖ ਰਹੀ ਹੈ ਕਿ ਸਾਡਾ ਫਾਇਦਾ ਕਿੱਥੇ ਹੋ ਰਿਹਾ ਅਸੀਂ ਕਿੱਥੇ ਇਨਵੈਸਟ ਕਰੀਏ ਕਿੱਥੇ ਸਾਨੂੰ ਮੈਕਸੀਮਮ ਬੈਨੀਫਿਟ ਹੋਵੇ ਉਸ ਚੀਜ਼ 'ਤੇ ਹੀ ਸਟ੍ਰੈਸ ਦੇ ਰਹੀ ਹੈ ਇਹ ਸਭ ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਲੋਐਸਟ ਇਹ ਆਉਂਦੀ ਹੈ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਦੈਟ ਇਜ਼ ਸੋਸ਼ਲ ਡਿਮਾਂਡ ਅਪਰੋਚ ਉਸ ਤੋਂ ਬਾਅਦ ਮੈਨ ਪਾਵਰ ਅਪਰੋਚ ਤੀਜੇ ਨੰਬਰ 'ਤੇ ਆਉਂਦੀ ਹੈ ਕੋਸਟ ਬੈਨੀਫਿਟ ਅਪਰੋਚ ਇਹਦੇ ਵੈਸੇ ਤਾਂ ਮੈਰਿਟਸ ਹੋਣੇ ਨਹੀਂ ਚਾਹੀਦੇ ਇੰਨੇ ਕੁ ਜਿਹੜੇ ਆਪਾਂ ਥੋੜ੍ਹੇ ਜਿਹੇ ਬਣਾ ਸਕਦੇ ਹਾਂ ਮਿਨੀਮਾਈਜ਼ ਵੇਸਟ ਵੇਸਟੇਜ ਉਹੀ ਆ ਵੀ ਜਦੋਂ ਕੋਈ ਵੀ ਚੀਜ਼ ਤੁਸੀਂ ਪਲੈਨਿੰਗ ਨਾਲ ਕਰ ਰਹੇ ਹੋਗੇ ਤਾਂ ਵੇਸਟੇਜ ਆਪਣੇ ਆਪ ਹੀ ਘੱਟ ਹੋਊਗੀ ਉਸ ਚੀਜ਼ ਦੀ ਇਕਨੋਮਿਕਲੀ ਓਰੀਐਂਟਡ ਹੈਗੀ ਹੈ ਨਾ ਪੈਸੇ ਨੂੰ ਧਿਆਨ 'ਚ ਰੱਖ ਕੇ ਦੇਸ਼ ਨੂੰ ਇਕਨੋਮਿਕਲੀ ਡਿਵੈਲਪਡ ਪਰ ਲੈ ਕੇ ਜਾਣਾ ਰਿਲੇਸ਼ਨਸ਼ਿਪ ਬਿਟਵੀਨ ਕੋਸਟ ਆਫ ਗੇਨਿੰਗ ਐਜੂਕੇਸ਼ਨ ਐਂਡ ਇਨਕਰੀਜ਼ ਇਨ ਪੇਮੈਂਟ ਵਿੱਚ ਰਿਜ਼ਲਟਸ ਦਿਸ ਹੈ ਨਾ ਮਤਲਬ ਓਬੀਅਸਲੀ ਜਦੋਂ ਐਜੂਕੇਸ਼ਨ 'ਚ ਲੋਕ ਜ਼ਿਆਦਾ ਐਨਰੋਲ ਹੋਣਗੇ ਤਾਂ ਉਹਦੇ 'ਚ ਪੈਸਾ ਵੀ ਬਿਜ਼ਨਸ ਦੇ ਤੌਰ 'ਤੇ ਦੇਖਿਆ ਜਾਵੇ ਐਜੂਕੇਸ਼ਨ ਨੂੰ ਤਾਂ ਉਹ ਜ਼ਿਆਦਾ ਆਊਗਾ ਇਹ ਉਸ ਚੀਜ਼ ਨੂੰ ਲੈ ਕੇ ਚੱਲੇ ਸੀ ਕਿਉਂਕਿ ਇਹਨਾਂ ਦਾ ਮੇਨ ਫੋਕਸ ਕੀ ਹੈ ਬੈਨੀਫਿਟ ਡੀਮੈਰਿਟਸ ਕੀ ਰੋਂਗ ਅਜੰਪਸ਼ਨ ਸਭ ਤੋਂ ਪਹਿਲੇ ਤਾਂ ਇਹਨਾਂ ਦੀ ਇਹ ਅਜੰਪਸ਼ਨ ਹੀ ਰੋਂਗ ਹੈ ਐਜੂਕੇਸ਼ਨ ਨੂੰ ਕੋਸਟ ਬੈਨੀਫਿਟ ਨਾਲ ਜੋੜਨਾ ਹੀ ਨਹੀਂ ਚਾਹੀਦਾ ਡਿਫੀਕਲਟ ਟੂ ਮੇਨ ਬੈਨੀਫਿਟਸ ਇਨ ਐਜੂਕੇਸ਼ਨ ਮੈਜ਼ਰ ਬੈਨੀਫਿਟਸ ਇਨ ਐਜੂਕੇਸ਼ਨ ਅਤੇ ਸਭ ਤੋਂ ਵੱਡੀ ਗੱਲ ਉਸ ਤੋਂ ਵੱਡੀ ਗੱਲ ਆਪਾਂ ਨੂੰ ਆਪਾਂ ਕਿਵੇਂ ਮੈਜ਼ਰ ਕਰ ਸਕਦੇ ਹਾਂ ਬੈਨੀਫਿਟਸ ਐਜੂਕੇਸ਼ਨ ਕਿਵੇਂ ਐਜੂਕੇਸ਼ਨ ਇੱਕੋ ਹੀ ਪੱਧਰ ਥੋੜ੍ਹੀ ਨਾ ਹੋ ਸਕਦਾ ਹਰ ਇੱਕ ਲਈ ਉਹ ਅਲੱਗ ਅਲੱਗ ਹੋਣਗੇ ਕਿਸੇ ਲਈ ਕੋਈ ਲਾਈਨ ਵਧੀਆ ਐਜੂਕੇਸ਼ਨ 'ਚ ਕਿਸੇ ਲਈ ਕੋਈ ਲਾਈਨ ਵਧੀਆ ਹੈ ਨਾ ਤਾਂ ਆਪਾਂ ਇਹਨੂੰ ਮਤਲਬ ਇੱਕ ਦਾਇਰੇ ਤੱਕ ਸੀਮਤ ਨਹੀਂ ਰੱਖ ਸਕਦੇ ਨਿਗਲੈਕਟ ਪ੍ਰਾਇਮਰੀ ਲੈਵਲ ਆਫ ਐਜੂਕੇਸ਼ਨ ਛੋਟੇ ਬੱਚਿਆਂ ਦਾ ਲੈਵਲ ਨੂੰ ਇਗਨੋਰ ਕਰ ਰਿਹਾ ਹੈਗਾ ਅਤੇ ਉਸ ਤੋਂ ਬਾਅਦ ਇਗਨੋਰ ਪੀਪਲਸ ਡਿਮਾਂਡ ਉਹੀ ਗੱਲ ਸੁਸਾਇਟੀ ਦੀ ਡਿਮਾਂਡ ਨੂੰ ਇਗਨੋਰ ਕਰ ਰਿਹਾ ਪੀਪਲਸ ਦੀ ਡਿਮਾਂਡ ਨੂੰ ਇਗਨੋਰ ਕਰ ਰਿਹਾ ਦੈਟ ਇਜ਼ ਆਲ ਅਬਾਊਟ ਕੋਸਟ ਬੈਨੀਫਿਟ ਅਪਰੋਚ ਠੀਕ ਹੈ ਇਹ ਸੀ ਰਾਜੇ ਤੁਹਾਡੀਆਂ ਅਪਰੋਚਿਸ ਇਹਨਾਂ ਨੂੰ ਤੁਸੀਂ ਸ਼ੋਰਟ ਕੁਸ਼ਚਨਸ ਲਈ ਮੈਂ ਵਾਰ ਵਾਰ ਕਹਿ ਰਹੀ ਹਾਂ ਪ੍ਰਿਪੇਅਰ ਕਰਿਓ ਨੋਟ ਗੋ ਫੋਰ ਲੋਂਗ ਕੁਸ਼ਚਨਸ ਤੁਹਾਡੇ ਕੋਲ ਲੋਂਗ ਕੁਸ਼ਚਨਸ ਲਈ ਕਾਫੀ ਚੋਇਸਿਸ ਆ ਆਪਾਂ ਸਾਰੇ ਲੈਕਚਰਸ ਆਲਮੋਸਟ ਮੇਰੀ ਪਲੇਲਿਸਟ ਦੇ ਵਿੱਚ ਪਏ ਹੋਏ ਨੇਗੇ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਕੋਈ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ।